ਕੇ ਗੱਲ ਕਰੀਏ ਅਕਾਲੀ ਦਲ ਬਾਦਲ ਦੀ। ਅਕਾਲੀ ਦਲ ਬਾਦਲ ਕਹਿੰਦੇ ਵੀਲਚੇਅਰ ਤੇ ਕਿਵੇਂ ਲੜੂਗਾ ਚੰਡੀਗੜ੍ਹ ਦਾ ਮੋਰਚਾ? ਪ੍ਰਵੀਨ ਜੀ, ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਸੀਗਾ ਜੀ ਜੀ, ਤਦ ਪੰਜਾਬ ਲਈ ਮੋਰਚੇ ਲੱਗੇ, ਪੰਜਾਬੀ ਸੂਬੇ ਲਈ ਮੋਰਚੇ ਲੱਗੇ, ਪਾਣੀਆਂ ਲਈ ਮੋਰਚੇ ਲੱਗੇ, ਜੇਲ੍ਹ ਭਰੋ ਅੰਦੋਲਨ ਹੋਏ, ਹੈ ਨਾ, ਤੇ ਮਤਲਬ ਕਿ ਪਤਾ ਲੱਗਦਾ ਸੀ ਕਿ ਪੰਜਾਬ ਦੀ ਇੱਕ ਤਰ ਜਾਗਦੀ ਆ ਬਾਈ, ਪੰਜਾਬ ਕੰਨੀ ਅੱਖ ਚੱਕ ਕੇ ਨਾ ਦੇਖਿਓ, ਮੋਰਚਾ ਉਦਣੇ ਲੱਗ ਜਾਣਾ। ਉਹ ਸ਼੍ਰੋਮਣੀ ਅਕਾਲੀ ਦਲ ਜਿਸ ਦਿਨ ਅਕਾਲੀ ਦਲ ਬਾਦਲ ਬਣਿਆ, ਉਸ ਦਿਨ ਤੋਂ ਸਥਿਤੀ ਇਹ ਬਣ ਗਈ ਕਿ ਸਿਰਫ ਸੱਤਾ ਸੁੱਖ ਮੰਨਣਾ, ਆਪਣੇ ਪੁੱਤ ਨੂੰ ਕੇਂਦਰ ਚ ਕਿਵੇਂ ਸੈੱਟ ਕਰਨਾ, ਪਹਿਲੀ ਵਾਰੀ ਐਮ ਪੀ ਜਿੱਤ ਕੇ ਕਿਵੇਂ ਮੰਤਰੀ ਬਣਾਉਣਾ, ਆਪਣੀ ਨੂੰਹ ਨੂੰ ਕਿਵੇਂ ਮੰਤਰੀ ਬਣਾਉਣਾ, ਹੈ ਨਾ, ਆਪਣੇ ਕੰਮਕਾਰ ਬਿਜ਼ਨਸ ਕਿਵੇਂ ਚਲਾਉਣੇ ਨੇ, ਏਅਰਪੋਰਟ ਦੇ ਸਾਹਮਣੇ ਹੋਟਲ ਕਿਵੇਂ ਖੋਲਣਾ, ਸਾਰਾ ਜਦੋਂ ਉਹ ਮਸਲਾ ਹੋ ਗਿਆ, ਫਿਰ ਪੰਜਾਬ ਇਕੱਠੇ ਕੁਛ ਪੈ ਗਿਆ। ਤੇ ਇਹ ਸਾਰਾ ਕੁਛ ਅਕਾਲੀ ਦਲ ਦੇ ਰਾਜ ਦੇ ਹਵਾਲੇ ਨਾਲ ਜੇ ਸਮਝਣਾ ਹੋਵੇ ਤਾਂ ਮੈਨੂੰ ਇਹ ਦੱਸੋ ਕਿ ਜੇ ਅੱਜ ਇਹ ਸਥਿਤੀ ਹੈ ਤਾਂ ਅਕਾਲੀ ਦਲ ਤਾਂ ਸਭ ਤੋਂ ਪਹਿਲਾਂ ਨੰਗੇ ਪੈਰੀ ਆ ਕੇ ਮਟਕਾ ਚੌਂਕ ਬੈਠਾ ਹੋਣਾ ਚਾਹੀਦਾ ਸੀ ਨਾ। ਤਨਖਾਈ ਆ ਸੁਖਬੀਰ ਬਾਦਲ ਕਰਾ ਰਿਹਾ ਹੈ, ਹੈ ਨਾ, ਪੈਰ ਦੀ ਚੀਚੀ ਉਂਗਲੀ ਸੁਖਬੀਰ ਬਾਦਲ ਦੀ ਟੁੱਟੀ ਹੈ, ਅਕਾਲੀ ਦਲ ਦੀ ਨਹੀਂ ਟੁੱਟੀ। ਅਕਾਲੀ ਦਲ ਵੀਲਚੇਅਰ ਤੇ ਕਿਵੇਂ ਆ ਗਿਆ? ਤੁਹਾਡਾ ਸਵਾਲ ਇਸ ਲਈ ਇਹ ਵੱਡਾ ਹੈ ਕਿਉਂਕਿ ਇਹ ਤਾਂ ਸੁਖਬੀਰ ਬਾਦਲ ਨੂੰ ਅਕਾਲੀ ਦਲ ਮੰਨਦੇ ਆ ਨਾ ਹੁਣ। ਸਹੀ ਸਹੀ ਸਹੀ, ਇਹ ਤਾਂ ਕਹਿੰਦੇ ਕਿ ਸੁਖਬੀਰ ਬਾਦਲ ਨਹੀਂ ਲੜ ਸਕਦਾ ਜੀ ਤਾਂ ਅਸੀਂ ਕੋਈ ਵੀ ਚੋਣ ਨਹੀਂ ਲੜ ਸਕਦੇ, ਸੁਖਬੀਰ ਬਾਦਲ ਪ੍ਰਚਾਰ ਨਹੀਂ ਕਰ ਸਕਦਾ ਅਸੀਂ ਕੋਈ ਵੀ ਪ੍ਰਚਾਰ ਨਹੀਂ ਕਰ ਸਕਦੇ, ਇਹਦਾ ਮਤਲਬ ਸੁਖਬੀਰ ਬਾਦਲ ਚੰਡੀਗੜ੍ਹ ਆ ਕੇ ਰੈਲੀ ਧਰਨਾ ਨਹੀਂ ਕਰ ਸਕਦਾ ਤਾਂ ਅਕਾਲੀ ਦਲ ਕਰ ਨਹੀਂ ਸਕਦਾ। ਇਹ ਹੁਣ ਅਕਾਲੀ ਦਲ ਬਾਦਲ ਵੀਲਚੇਅਰ ਤੇ ਹੈ। ਸਹੀ ਹੈ। ਤੇ ਤੁਸੀਂ ਹੋਰ ਦੇਖੋ, ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਹਵਾਲੇ ਨਾਲ ਝਾਤ ਮਾਰ ਕੇ ਦੇਖ ਲਓ ਕਿ ਇਹਨਾਂ ਦੇ ਚੋਣ ਮੈਨੀਫੈਸਟੋ ਚ ਇਹ ਗੱਲ ਸ਼ਾਮਿਲ ਹੁੰਦੀ ਰਹੀ ਕਿਸੇ ਸਮੇਂ ਕਿ ਜੀ ਚੰਡੀਗੜ੍ਹ ਲੈ ਕੇ ਰਵਾਂਗੇ, ਪੰਜਾਬੀ ਬੋਲਦੇ ਖਿੱਤੇ ਲੈ ਕੇ ਰਵਾਂਗੇ, ਪਾਣੀਆਂ ਤੇ ਹੱਕ ਸਾਡਾ। ਤੇ ਬੀਜੇਪੀ ਦੇ ਨਾਲ ਗੱਠਜੋੜ ਤੋਂ ਬਾਅਦ ਬੜੀ ਲੁਕਮੀ ਜੀ ਲਾਈਨ ਹੁੰਦੀ ਸੀ ਬਰੀਕ ਜੀ ਚੋਣ ਮੈਨੀਫੈਸਟੋ ਚ, ਹੌਲੀ ਹੌਲੀ ਉਹਦੀ ਜ਼ਿਕਰ ਕਰਨਾ ਹੀ ਬੰਦ ਹੋ ਗਿਆ, ਉਹਦੀ ਗੱਲ ਹੋਣੀ ਉਹ ਬੰਦ ਹੋ ਗਈ। ਜੇ ਸੱਚਮੁੱਚ ਇਹਨਾਂ ਦੀ ਮਨਸ਼ਾ ਹੁੰਦੀ ਤਾਂ ਇਹ ਮਸਲਾ ਉਸ ਦਿਨ ਹੱਲ ਹੋ ਜਾਣਾ ਸੀ ਜਿਸ ਦਿਨ ਕੇਂਦਰ ਦੇ ਵਿੱਚ, ਕੇਂਦਰ ਦੇ ਤਖ਼ਤ ਦੇ ਉੱਤੇ ਅਟਲ ਬਿਹਾਰੀ ਵਾਜਪਾਈ ਸੀ, ਹਰਿਆਣੇ ਚ ਚੁਟਾਲਿਆਂ ਨਾਲ ਮਿਲ ਕੇ ਇਹਨਾਂ ਦੀ ਸਰਕਾਰ ਸੀ, ਤੇ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਬੀਜੇਪੀ ਦੀ ਮਿਲ ਕੇ ਸਰਕਾਰ ਸੀ। ਤਿੰਨੋਂ ਥਾਵਾਂ ਤੇ ਇੱਕੋ ਕੜੀ ਸੀ, ਮਸਲਾ ਹੱਲ ਕਰ ਲੈਂਦੇ, ਚੰਡੀਗੜ੍ਹ ਛੱਡੋ, ਪਾਣੀਆਂ ਦਾ ਮਸਲਾ ਤੱਕ, ਪੰਜਾਬੀ ਬੋਲਦੇ ਖਿੱਤਿਆਂ ਦਾ ਮਸਲਾ ਤੱਕ ਹੱਲ ਹੋ ਜਾਣਾ ਸੀ, ਪਰ ਤੁਹਾਡੀ ਨੀਅਤ ਨਹੀਂ ਸੀ। ਜੀ ਜੀ ਬਿਲਕੁਲ। ਤੇ ਅੱਜ ਵੀ ਲੋਕ ਉਮੀਦ ਕਰਦੇ ਆ ਕਿ ਅਜੇ ਵੀ ਜੇ ਲੜਾਈ ਲੜ ਸਕਦਾ ਕੋਈ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਲੜ ਸਕਦਾ, ਅੱਜ ਵੀ ਲੋਕਾਂ ਨੂੰ ਆਸ ਹੈ ਕਿਉਂਕਿ ਇਹਨਾਂ ਕੋਲ ਉਹ ਕੈਡਰ ਸੰਘਰਸ਼ਮਈ ਕੈਡਰ ਪਿੰਡਾਂ ਚੋਂ ਆਉਂਦਾ ਆਉਂਦਾ। ਬਿਲਕੁਲ ਸਹੀ। ਅਕਾਲੀ ਦਲ ਦੇ ਰਾਹ ਤੋਂ ਹੀ, ਪਿੰਡ ਤੋਂ ਹੀ ਲੋਕ ਦੇਖ ਰਹੇ ਨੇ ਕਿ ਇਹ ਲੜਾਈ ਵੀ ਸ਼ਾਇਦ ਕਿਸਾਨ ਜਥੇਬੰਦੀਆਂ ਲੜ ਲੈਣ। ਕਮਾਲ ਹੈ ਜਨਾਬ, ਉਹ ਤੁਹਾਨੂੰ ਉਹ ਚੁਭਦੀਆਂ। ਸਹੀ ਸਹੀ ਸਹੀ। ਲੱਗਦਾ ਤੀਏ ਦਿਨ ਧਰਨੇ ਲਾਉਂਦੀਆਂ, ਪ੍ਰਦਰਸ਼ਨ ਕਰਦੀਆਂ, ਹੁਣ ਤੁਸੀਂ ਕਹਿੰਦੇ ਹੋ ਇਹ ਲੜਾਈ ਕਿਉਂ? ਇਕੱਲੇ ਕਿਸਾਨਾਂ ਦਾ ਹੀ ਹੈ ਪੰਜਾਬ, ਦੂਜੇ ਵਰਗਾਂ ਦਾ? ਤੁਸੀਂ ਉਦਯੋਗਪਤੀ ਕਮਾਉਂਦੇ ਹੋ, ਤੁਸੀਂ ਵਪਾਰੀ ਕਮਾਉਂਦੇ ਹੋ, ਦੁਕਾਨਦਾਰ ਕਮਾਉਂਦੇ ਹੋ, ਜਾਂ ਇੱਥੇ ਹੋਰ ਭਾਈਚਾਰਾ ਹੋਰ ਵਰਗ ਰਹਿੰਦਾ ਹੈ, ਤੁਹਾਡਾ ਕੋਈ ਜਵਾਬ ਨਹੀਂ ਹੈ ਵੀ ਕੀ ਹੈ ਉਹਨਾਂ ਦਾ ਫਰਜ਼ ਕੀ ਹੈ? ਇਹ ਸਾਰਿਆਂ ਦਾ ਪੰਜਾਬ ਹੈ, ਸਾਰੇ ਲੜਨ, ਰਾਜਧਾਨੀ ਸਾਰਿਆਂ ਦੀ ਹੈ। ਸਹੀ ਸਹੀ। ਕੱਲ ਕਰ ਲਈ ਪ੍ਰੈਸ ਕਾਨਫਰੰਸ, ਕਹਿ ਤਾ ਜੇ ਲੋੜ ਪਈ ਅਸੀਂ ਮੂਹਰੇ ਆ ਕੇ ਲੜਾਂਗੇ। ਸਹੀ ਸਹੀ। ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਸਾਰਤਾ, ਹੈ ਅਨਮੋਲ ਗਗਨਮਾਨ ਨੇ ਚਾਰ ਅੱਖਰ ਪੜ੍ਹ ਕੇ ਸਾਰਤਾ, ਹੈ ਨਾ, ਨੀਲ ਗਰਗ ਨੇ ਬਿਆਨ ਦੇ ਕੇ ਸਾਰਤਾ, ਹੈ ਲੜਾਈ ਲੜੀ ਜਾਊਗੀ। ਸੋ ਬਿਲਕੁਲ ਜੀ, ਸੁਖਬੀਰ ਬਾਦਲ ਵੀਲ ਚੇਅਰ ਤੇ ਹੈ ਤੇ ਉਹਦੇ ਹਵਾਲੇ ਨਾਲ ਅਕਾਲੀ ਦਲ ਮੰਨਦਾ ਕਿ ਅਸੀਂ ਤਾਂ ਅਕਾਲੀ ਦਲ ਬਾਦਲ ਵੀਲ ਚੇਅਰ ਤੇ ਹਾਂ, ਇਸ ਲਈ ਲੜਾਈ ਕਿਵੇਂ ਲੜੀਏ?
ਭਾਈ ਤੁਹਾਡੀ ਸੱਤਾ ਚ ਹੁੰਦਿਆਂ ਹੀ ਮਨਸ਼ਾ ਨਹੀਂ ਸੀ, ਹੁਣ ਤਾਂ ਤੁਸੀਂ ਸੱਤਾ ਤੋਂ ਬਾਹਰ ਹੋ ਤੇ ਹੁਣ ਤਾਂ ਤੁਹਾਡੀ ਹਾਲਤ ਹੋਰ ਵਿਗੜੀ ਹੋਈ ਆ, ਇਸ ਲਈ ਤੁਹਾਡਾ ਭੱਜਣ ਨੂੰ ਬਹਾਨਾ ਆਏਗਾ, ਪਰ ਪੰਜਾਬ ਨਹੀਂ ਭੱਜਣ ਵਾਲਾ, ਇਹ ਲੜਾਈ ਆਵਾਮ ਲੜ ਲੂਗਾ ਫਿਰ। ਸਹੀ ਹੈ, ਸਹੀ, ਬਿਲਕੁਲ ਜੀ।